ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। ਉੱਥੇ ਜਕਈ ਨਾਮ ਦਾ ਇੱਕ ਅਮੀਰ ਤੇ ਪ੍ਰਧਾਨ ਮਸੂਲੀਆ ਸੀ। ਉਹ ਵੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹੈ, ਪਰ ਭੀੜ ਦੇ ਕਾਰਨ ਉਹ ਦੇਖ ਨਾ ਸਕਿਆ ਕਿਉਂਕਿ ਜਕਈ ਕੱਦ ਦਾ ਮਧਰਾ ਸੀ। ਇਸ ਲਈ ਉਹ ਯਿਸੂ ਨੂੰ ਦੇਖਣ ਲਈ ਦੌੜ ਕੇ ਗੂਲਰ ਦੇ ਰੁੱਖ ਉੱਤੇ ਚੜ੍ਹ ਗਿਆ ਕਿਉਂਕਿ ਯਿਸੂ ਉਸੇ ਰਾਹ ਵੱਲੋਂ ਆ ਰਿਹਾ ਸੀ। ਜਦੋਂ ਯਿਸੂ ਉਸ ਥਾਂਵੇਂ ਆਇਆ, ਉਸਨੇ ਉੱਪਰ ਤੱਕਿਆ ਅਤੇ ਜਕਈ ਨੂੰ ਕਿਹਾ, ਜਕਈ ਜਲਦੀ ਹੇਠਾਂ ਉੱਤਰ ਆ, ਅੱਜ ਰਾਤ ਮੈਂ ਤੇਰੇ ਘਰ ਰੁਕਣਾ ਹੈ। ਜਕਈ ਝੱਟ ਹੇਠਾਂ ਉਤਰਿਆ ਅਤੇ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ। ਇਹ ਵੇਖ ਕੇ ਸਭ ਲੋਕ ਬੁੜਬੁੜਾਉਣ ਲੱਗੇ, ਵੇਖੋ ਯਿਸੂ ਇੱਕ ਪਾਪੀ ਦੇ ਘਰ ਠਹਿਰਨ ਜਾ ਰਿਹਾ ਹੈ। ਪਰ ਜਕਈ ਖੜਾ ਹੋਇਆ ਅਤੇ ਆਖਿਆ, ਪ੍ਰਭੂ ਦੇਖੋ, ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਾਲ ਕੋਈ ਧੋਖਾ ਕੀਤਾ ਤਾਂ ਉਸ ਦਾ ਚੌਗਣਾ ਮੋੜਾਂਗਾ। ਯਿਸੂ ਨੇ ਕਿਹਾ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ ਕਿਉਂਕਿ ਇਹ ਮਸੂਲੀਆ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। ਮਨੁੱਖ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।